ਤੁਹਾਡੇ ਕੋਲ ਅਸੀਂ ਪੁੱਛਣੇ ਨੇ ਚੌਥੀ ਕਲਾਸ ਦੇ ਬੱਚਿਆਂ ਦੇ ਸਵਾਲ। ਚੌਥੀ ਕਲਾਸ ਦੇ ਬੱਚਿਆਂ ਦੇ ਸਵਾਲ ਹੈ ਕਿ ਉਹ ਕਿਹੜੇ ਸਵਾਲ ਹੋਣਗੇ ਜਿਹੜੇ ਪੁੱਛੇ ਜਾਣਗੇ ਚੌਥੀ ਕਲਾਸ ਦੇ? ਅੱਛਾ ਜੀ, ਪਹਿਲੀ ਦੂਸਰੀ ਚਲੇਗੀ, ਚੌਥੀ ਕਲਾਸ ਚਲੇਗੀ, ਠੀਕ ਹੈ ਜਨਾਬ, ਪੁੱਛੋ। ਚੌਥੀ ਕਲਾਸ ਦੇ ਬੱਚਿਆਂ ਦੇ ਸਵਾਲ ਕਿਸ ਤਰ੍ਹਾਂ ਦਾ ਸਵਾਲ? ਜ਼ਿਆਦਾ ਸਭ ਤੁਸੀਂ ਇੱਕ ਕਹਾਣੀ ਸੁਣੀ ਹੋਏਗੀ ਜਿਹਦੇ ਵਿੱਚ ਉਹ ਬੱਚਾ ਹੁੰਦਾ ਜਿਹੜਾ ਬੇਰਬੱਕਰੀਆਂ ਚੜਾਉਂਦਾ, ਉਹ ਕਹਿੰਦਾ ਜੀ ਸ਼ੇਰ ਆ ਗਿਆ, ਸ਼ੇਰ ਆ ਗਿਆ। ਹਾਂਜੀ, ਉਹ ਕਹਾਣੀ ਦਾ ਰਿਜ਼ਲਟ ਕੀ ਹੈ, ਕੀ ਲੈਸਨ ਮਿਲਦਾ? ਝੂਠ ਦਾ ਨਤੀਜਾ ਬੁਰਾ ਹੁੰਦਾ, ਸੱਚ ਦਾ ਅੱਛਾ ਹੁੰਦਾ, ਝੂਠ ਦਾ ਨਤੀਜਾ ਭੈੜਾ ਹੁੰਦਾ। ਅਤੇ ਉਹਦੇ ਤੋਂ ਸਬਕ ਇਹ ਮਿਲਦਾ ਕਿ ਯਾਰ ਝੂਠ ਨਾ ਮਾਰੋ ਆਪਣੇ ਆਪ ਨੂੰ। ਉਹਦਾ ਲੈਸਨ ਸੀ ਕਿ ਸਰ ਉਹ ਮਜ਼ਾਕ ਨਾਲ ਕਹਿੰਦਾ ਸੀਗਾ ਸ਼ੇਰ ਆ ਗਿਆ, ਸ਼ੇਰ ਆ ਗਿਆ। ਇੱਕ ਦਿਨ ਸਰ ਉਹ ਲੋਕ ਆਉਂਦੇ ਸਨ ਡੰਡੇ ਸੋਟੇ ਲੈ ਕੇ, ਸ਼ੇਰ ਨੇ ਅੱਗੋਂ ਹੱਸਣਾ ਸ਼ੁਰੂ ਕਰ ਦਿੰਦੇ ਕਿ ਯਾਰ ਮੈਂ ਤਾਂ ਮਜ਼ਾਕ ਕੀਤਾ। ਇੱਕ ਦਿਨ ਜਨਾਬ ਸੱਚੀ ਮੁੱਚੀ ਸ਼ੇਰ ਪੈ ਗਿਆ, ਆਵਾਜ਼ਾਂ ਲਾਉਂਦਾ ਰਿਹਾ, ਕੋਈ ਵੀ ਨਾ ਆਇਆ, ਸਾਰਾ ਖਾ ਖੁ ਗਿਆ, ਕਾਂ ਹੋਇਆ। ਹਰ ਕਿਸੇ ਨੇ ਕਿਹਾ ਖੈਰ ਮਜ਼ਾਕ ਉਡਾ ਰਿਹਾ, ਕਦੇ ਕਦੇ ਮਜ਼ਾਕ ਮਹਿੰਗਾ ਪੈ ਜਾਂਦਾ ਜਨਾਬ। ਉਹ ਤਾਂ ਸਬਕ ਮਿਲਦਾ ਹੈ ਕਿ ਤੁਸੀਂ ਚੌਕਸ ਹੋਇਓ, ਸ਼ੇਰ ਹੈ। ਏ ਬੀ ਸੀ ਆਉਂਦੀ ਤੁਹਾਨੂੰ? ਹਾਂਜੀ ਆਉਂਦੀ। ਸੁਣਾਓ। ਏ ਬੀ ਸੀ ਡੀ ਈ ਐੱਫ ਜੀ ਐੱਚ ਆਈ ਜੇ ਕੇ ਐੱਲ ਐੱਮ ਐੱਨ ਓ ਪੀ ਕਿਊ ਆਰ ਐੱਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈੱਡ। ਏ ਬੀ ਸੀ ਡੀ ਈ ਐੱਫ ਜੀ ਐੱਚ ਆਈ ਜੇ ਕੇ ਐੱਲ ਐੱਮ ਐੱਨ ਓ ਪੀ ਕਿਊ ਆਰ ਐੱਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈੱਡ। ਏ ਬੀ ਸੀ ਡੀ ਐੱਲ ਐੱਫ ਜੀ ਐੱਚ ਏ ਕੇ ਪੀ ਕਿਊ ਆਰ ਐੱਸ ਡੀ ਯੂ ਵੀ ਡਬਲਯੂ ਐਕਸ ਵਾਈ ਜ਼ੈੱਡ। ਏ ਬੀ ਸੀ ਏ ਬੀ ਸੀ ਡੀ ਜੀ ਐੱਚ ਆਈ ਜੇ ਕੇ ਐੱਲ ਐੱਮ ਐੱਨ ਓ ਪੀ ਕਿਊ ਆਰ ਐੱਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈੱਡ। ਕਿੰਨੇ ਵਾਰੀ ਇਨਕੇ ਹਿੰਸੇ ਕਿੰਨੇ ਨੇ? ਇਹ 52 ਕੁ ਬਣਦੇ ਨੇ ਮੇਰੇ। ਇਹ ਟੋਟਲ ਵਰਲਡ ਹੈਗੇ ਨੇ ਦੇ 30। ਟੋਟਲ ਕਿੰਨੇ ਨੇ ਸਰ? ਟੋਟਲ 26 ਜਨਾਬ। ਦੁਬਾਰਾ ਮੈਂ ਕਹਿ ਲੈਂਦਾ, ਏ ਬੀ ਸੀ ਡੀ ਜੀ ਐੱਫ ਜੀ ਐੱਚ ਆਈ ਜੇ ਕੇ ਐੱਲ ਐੱਮ ਐੱਨ ਓ ਪੀ ਕਿਊ ਆਰ ਐੱਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈੱਡ। 26। ਤਾਜ ਮਹਿਲ ਦਾ ਨਾਂ ਸੁਣਿਆ ਤੁਸੀਂ? ਤਾਜ ਮਹਿਲ ਦਾ ਨਾਂ ਕਿੱਥੇ ਹੈਗਾ? ਤਾਜ ਮਹਿਲ ਇੰਡੀਆ 'ਚ, ਤਾਂ ਸਭ ਨੂੰ ਪਤਾ ਇੰਡੀਆ 'ਚ ਹੈਗਾ। ਤਾਜ ਮਹਿਲ ਕਿਹੜੇ ਮੁਲਕ 'ਚ? ਬਰਤਾਨੀਆ ਜਨਾਬ। ਇੰਡੀਆ 'ਚ ਹੈਗਾ। ਦੁਨੀਆ ਦਾ ਸਭ ਤੋਂ ਵੱਡਾ ਮੁਲਕ ਕਿਹੜਾ? ਸਭ ਤੋਂ ਵੱਡਾ ਮੁਲਕ ਦੁਨੀਆ ਦਾ ਬਰੇ ਸਗੀਰ 'ਚ ਜਾਂ ਪੂਰੀ ਦੁਨੀਆ 'ਤੇ? ਦੁਨੀਆ 'ਤੇ, ਪੂਰੀ ਦੁਨੀਆ 'ਤੇ। ਅਮੈਰੀਕਾ ਹੀ ਹੈ? ਯੂਰਪ, ਅਮੈਰੀਕਾ, ਚੀਨ, ਰੂਸ। ਅਮੈਰੀਕਾ ਦੀ? ਅਮੈਰੀਕਾ, ਆਸਟ੍ਰੇਲੀਆ, ਇੰਡੀਆ, ਵੈਸਟ ਇੰਡੀਜ਼, ਸ਼੍ਰੀਲੰਕਾ, ਹੋਰ ਕਿਹੜਾ ਮੁਲਕ? ਰੂਸ। ਰੂਸ? ਇਨਸਾਨੀ ਜਿਸਮ ਦਾ ਕਿਹੜਾ ਹਿੱਸਾ ਹੈਗਾ ਕਿ ਜਿਹੜਾ ਜਦੋਂ ਬੱਚਾ ਪੈਦਾ ਹੁੰਦਾ ਉਦੋਂ ਲੈ ਕੇ ਮਰਦੇ ਦਮ ਤੀਕ ਕਰਨਾ ਉਹ ਵੱਡਾ ਨਹੀਂ ਹੁੰਦਾ, ਉਹਦਾ ਸਾਈਜ਼ ਉਹੀ ਰਹਿੰਦਾ। ਉਹਦਾ ਸਾਈਜ਼ ਉਹੋ ਹੀ ਰਹਿੰਦਾ ਬੱਚੇ ਤੋਂ ਲੈ ਕੇ ਅਤੇ ਮਰਨ ਤੱਕ? ਨਹੀਂ, ਵੱਧਦਾ ਤਾਂ ਕੋਈ ਵੀ ਹਿੱਸਾ ਜਿਹੜਾ ਵੱਧਦਾ ਘੱਟਦਾ? ਉਹਦਾ ਦਿਲ ਇੱਕੋ ਸਾਈਜ਼ ਰਹਿੰਦਾ, ਉਹਦੀ ਅੱਖ ਜੀ, ਦਿਲ ਅੱਖਾਂ ਨਹੀਂ ਵੱਡੀਆਂ ਹੁੰਦੀਆਂ, ਇੱਕ ਹੀ ਹੋ ਸਕਦੀ, ਧੁੰਨੀ ਉਹ ਵੀ ਵੱਧਦੀ ਰਹਿੰਦੀ। ਜੇ ਸਰ ਤੁਸੀਂ ਸਾਂਸ ਲੈਂਦੇ ਜਣਾ? ਹਾਂਜੀ। ਅਤੇ ਕਿਹੜੀ ਗੈਸ ਹੁੰਦੀ ਜਿਹੜੀ ਸਾਨੂੰ ਚਾਹੀਦੀ ਹੁੰਦੀ? ਸਾਨੂੰ ਜਿਹੜੀ ਸਾਂਸ ਲੈਂਦੇ ਹਾਂ ਉਹ ਨਹੀਂ ਪਤਾ। ਵੈਸੇ ਸਰ ਨਾਮ ਵੀ ਚੰਗਾ ਜਿਹਾ ਜੇ ਸਿਲੰਡਰ ਵਗੈਰਾ ਲਾਉਂਦੇ ਨੇ ਉਦੋਂ ਇਸ ਟਾਈਮ ਨਾ ਦੇਣ 'ਚ ਨਹੀਂ ਆ ਰਹੇ। ਵੈਸੇ ਸਰ ਉਹ ਸਾਂਸ ਵਾਸਤੇ ਕਹਿੰਦੇ ਲਾਉਂਦੇ ਨੇ, ਵੈਸੇ ਤਾਂ ਅੱਲਾਹ ਦਾ ਸਾਨੂੰ ਤਾਂ ਗੈਸ ਦਿੱਤਾ ਹੋਇਆ, ਅਸੀਂ ਤਾਂ ਉਹਦੇ ਨਾਲ ਸਾਲ ਲਈ ਰੱਖਦੇ ਹਾਂ। ਸੂਈ ਗੈਸ ਰੋਟੀ ਖਾਂਦੇ ਹਾਂ ਤਾਂ ਸੂਈ ਗੈਸ ਅੰਦਰ ਹੀ ਜਾਂਦੀ। ਗੈਸ ਹੋਵੇ ਤਾਂ ਸਾਹ ਲੈਣੇ। ਉਹ ਇੱਕ ਗੈਸ ਹੁੰਦੀ ਹੈ ਜਿਹੜੀ ਸਾਨੂੰ ਚਾਹੀਦੀ ਹੁੰਦੀ, ਉਸ ਗੈਸ ਦਾ ਨਾਂ ਕੀ ਹੈ? ਮੈਨੂੰ ਨਹੀਂ ਪਤਾ ਜੀ। ਆਕਸੀਜਨ। ਆਕਸੀਜਨ ਜੇ ਸਰ ਤੁਹਾਨੂੰ ਪਤਾ ਇੱਕ ਸਾਲ 'ਚ ਕਿੰਨੇ ਦਿਨ ਹੁੰਦੇ ਨੇ?
ਇੱਕ ਸਾਲ 'ਚ ਕਿੰਨੇ ਦਿਨ ਨੇ? 12 ਮਹੀਨਿਆਂ ਦਾ ਸਾਲ ਹੁੰਦਾ, 12 ਮਹੀਨਿਆਂ ਦਾ ਸਾਲ। ਪਾਈਏ ਤਾਂ ਚਾਰ ਹੁੰਦੇ ਨੇ, ਤੇ ਗ੍ਰਾਮਾਂ ਦਾ ਕੋਈ ਪਤਾ ਨਹੀਂ ਚੱਲਦਾ ਗ੍ਰਾਮ ਕਿੰਨੇ ਹੁੰਦੇ ਨੇ। ਇੱਕ ਕਿਲੋ 'ਚ ਕਿੰਨੇ ਗ੍ਰਾਮ ਹੁੰਦੇ ਨੇ? 100 ਗ੍ਰਾਮ। 1 ਕਿਲੋਗ੍ਰਾਮ 'ਚ 1000 ਗ੍ਰਾਮ। ਦੁਨੀਆ 'ਚ ਪਾਣੀ ਤੋਂ ਬਾਅਦ ਕਿਹੜਾ ਐਸਾ ਮਸ਼ਰੂਬ ਜਿਹੜਾ ਸਭ ਤੋਂ ਜ਼ਿਆਦਾ ਪੀਤਾ ਜਾਂਦਾ? ਪਾਣੀ ਤੋਂ ਬਾਅਦ ਬੋਤਲ। ਚਾਹੇ ਬੋਤਲ ਵੀ ਬੜੀ ਪੀਤੀ ਜਾਂਦੀ ਭੈਣ, ਛੱਡ ਦਿਓ ਗੱਲਾਂ। ਅੱਛਾ, ਉਹ ਆਏਗਾ ਪਾਣੀ ਜਾਂ ਲਿਕੁਇਡ ਹੋਏਗਾ ਕੋਈ? ਚਾਹ ਚਾਹ ਕਿਆ ਬਾਤ ਹੈ, ਸਭ ਤੋਂ ਜ਼ਿਆਦਾ ਬਾਕੀ ਚਾਹ ਪੀਤੀ ਜਾਂਦੀ ਹੈ। ਪਾਣੀ ਤੋਂ ਬਾਅਦ ਪੀਣ ਵਾਲਾ ਮਸ਼ਰੂਬ ਬੋਤਲ ਹੈਗੀ। ਮੈਨੂੰ ਬੜਾ ਅੱਛਾ ਲੱਗਾ ਜੀ, ਇਹ ਜ਼ਿੰਦਗੀ 'ਚ ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਕਿ ਜਿਹੜੀਆਂ ਚੀਜ਼ਾਂ ਪਤਾ ਲੱਗੀਆਂ ਨੇ, ਕਿਉਂਕਿ ਸਾਨੂੰ ਨਾ ਕਿਸੇ ਨੇ ਦੱਸਿਆ ਅਤੇ ਨਾ ਸਾਨੂੰ ਪਤਾ ਸੀ ਇਹਨਾਂ ਚੀਜ਼ਾਂ ਦਾ, ਕਿ ਐਡੀਆਂ ਐਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਇਹਨਾਂ ਦਾ ਪਤਾ ਹੀ ਨਹੀਂ ਹੈਗਾ ਕਿ ਦੁਨੀਆਂ ਦੇ ਵਿੱਚ ਹੈਗੀਆਂ ਨੇ। ਕਿ ਹੀਰਾ ਵੀ ਜਿਵੇਂ ਦੱਸਿਆ ਮੈਨੂੰ ਬੜਾ ਮਜ਼ਬੂਤ ਹੁੰਦਾ, ਲੋਹਾ ਵੀ ਨਹੀਂ ਉਹਨੂੰ ਤੋੜ ਸਕਦਾ। ਬਾਕੀ ਮੈਂ ਬਹੁਤ ਖੁਸ਼ ਹੋਇਆ ਇਹਨਾਂ ਚੀਜ਼ਾਂ ਤੋਂ, ਕਿ ਬਹੁਤ ਅੱਛਾ ਲੱਗਿਆ ਮੈਨੂੰ ਇਹ ਸਵਾਲ ਜਵਾਬ ਜਿਹੜੇ ਕੀਤੇ ਇਹਨਾਂ ਨਾਲ। ਬੰਦੇ ਦਾ ਦਿਮਾਗ ਇਹਦੇ ਨਾਲ ਤੇਜ਼ ਹੋ ਜਾਂਦਾ, ਇਹਨਾਂ ਚੀਜ਼ਾਂ ਦਾ ਪਤਾ ਹੋ ਜਾਂਦਾ। ਬਾਕੀ ਸਟੂਡੈਂਟ ਆ, ਬੱਚਿਆਂ ਨੂੰ ਵੀ ਨਹੀਂ ਪਤਾ ਹੋਣਾ ਇਹਨਾਂ ਚੀਜ਼ਾਂ ਦਾ। ਬਾਕੀ ਬੜਾ ਮਜ਼ਾ ਆਇਆ, ਵੈਰੀ ਗੁੱਡ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈੱਲ ਆਈਕਨ ਦਬਾਓ ਅਤੇ ਦੋਸਤਾਂ ਨੂੰ ਸ਼ੇਅਰ ਕਰੋ, ਅਤੇ ਸਾਨੂੰ ਫਿਰ ਇਜਾਜ਼ਤ ਦਿਓ, ਫਿਰ ਇਨਸ਼ਾਅੱਲਾ ਮਿਲਾਂਗੇ। ਅੱਲਾ ਹਾਫਿਜ਼।